ਮਿੱਤੀ 21-23 ਨੂੰ ਇੱਕ ਥਾਣੇ ਫੋਨ ਵਸੂਲ ਹੋਇਆ ਸੀਗਾ ਕਿ ਰੋਮਨ ਨਾਮ ਦਾ ਜਿਹੜਾ ਰੋਮਨ ਖਾਨ ਅਰਜਨ ਬਾਜੀਗਰ ਬਸਤੀ ਲੁਧਿਆਣਾ ਦਾ ਉਮਰ ਕਰੀਬ 22-23 ਸਾਲ ਆ ਇਹ ਵੀ ਜਿਹੜਾ ਘਰ ਤੋਂ ਮਿਸ ਹੋਇਆ ਮਿਲ ਨਹੀਂ ਰਿਹਾ ਇਹਦੀ ਭਾਲ ਕੀਤੀ ਜਾਂਦੀ ਭਾਲ ਕਰ ਰਹੇ ਸੀਗੇ 23 ਨੂੰ ਪਤਾ ਲੱਗਾ ਕਿ ਜਿਹੜਾ ਇਹ ਬੰਦਾ ਆ ਇਹਦੀ ਲਾਸ਼ ਖੂਹ 'ਚ ਪਈ ਆ ਇਹ ਹੈਗੇ ਨੇ ਲਖਵੀਰ ਸਿੰਘ ਨੇ ਲਖਵੀਰ ਸਿੰਘ ਜਿਹੜੀ ਜਿਹਦੇ ਨਾਲ ਸੀਰੀ ਲੱਗਾ ਦੋਸ਼ੀ ਜਿਹੜਾ ਮੁਕਦਮੇ ਦੋਸ਼ੀ ਆ ਹਰੀਪਾਲ ਹਰੀਪਾਲ ਅਤੇ ਅਰਜਨ ਸਿੰਘ ਜਿਹੜਾ ਰੋਬਿੰਦ ਸਿੰਘ ਆ ਇਕੱਠੇ ਬਹਿ ਕੇ ਸ਼ਰਾਬ ਚੁੱਕ ਪੀਤੀ ਇਹਨਾਂ ਨੂੰ ਸ਼ਰਾਬ ਪੀਂਦੇ ਕਿਸੇ ਗੱਲ ਤੋਂ ਬਹਿਸ ਹੋ ਗਈ ਉਹਨਾਂ ਰੋਬਿੰਦ ਸਿੰਘ ਆ ਉਹ ਸਰੀਰ 'ਚ ਕਮਜ਼ੋਰ ਸੀਗਾ ਉਹ ਸ਼ਰਾਬ ਪੀ ਕੇ ਸ਼ਰਾਬੀ ਹੋ ਗਿਆ ਇਹਨਾਂ ਨੂੰ ਲੱਤਾਂ ਫੜ ਕੇ ਘਸੀਟ ਕੇ ਖੂਹ ਛੱਡਤਾ ਪਹਿਲਾਂ ਕੀਤੇ 21-23 ਜਿਹੜੀ ਇਹਦੀ ਜਿਹੜਾ ਸੀਗੀ ਸਚੋਤਰ ਦੀ ਕਾਰਵਾਈ ਕੀਤੀ ਗਈ ਸੀਗੀ ਹੁਣ ਪੋਸਟਮਾਰਟਮ ਰਿਪੋਰਟ ਮਸੂਦ ਹੋ ਗਈ ਆ ਉਹਦੇ ਘਰਦਿਆਂ ਦੇ ਬਿਆਨ 'ਤੇ ਉਹਦੇ ਫਾਦਰ ਦੇ ਬਿਆਨ 'ਤੇ ਅਰਜਨ ਦੇ ਬਿਆਨ 'ਤੇ ਜਿਹੜਾ 302 ਦਾ ਪਰਚਾ ਦਿੱਤਾ ਗਿਆ ਅਤੇ ਦੋਸ਼ੀ ਨੂੰ ਜਿਹੜਾ ਅੱਜ ਅਸੀਂ ਗ੍ਰਿਫਤਾਰ ਕਰ ਲਿਆ ਇਹਨੂੰ ਪੇਸ਼ਦਾਰ ਕੀਤਾ ਜਾ ਰਿਹਾ ਸਰ ਇਹ ਕਤਲ ਕਰਨ ਦਾ ਕੀ ਮਾਮਲਾ ਕਤਲ ਸ਼ਰਾਬ ਦੋਨੇ ਸ਼ਰਾਬ ਪੀਂਦੇ ਆਦੀ ਸੀ ਜਿਹੜਾ ਮਰਨ ਵਾਲਾ ਉਹ ਵੀ ਸ਼ਰਾਬ ਪੀਂਦਾ ਸੀ ਅਤੇ ਭੰਗ ਵਗੈਰਾ ਖਾਂਦਾ ਸੀਗਾ ਨਸ਼ੇ ਦੀ ਹਾਲਤ ਵਿੱਚ ਹੀ ਨਹੀਂ ਉਹਨਾਂ ਨੇ ਉਹਨੂੰ ਕਿਸੇ ਗੱਲ ਤੋਂ ਬਹਿਸ ਹੋਣ 'ਤੇ ਉਹ ਲਾਗੇ ਮੋਟਰ ਦੇ ਬੈਠੇ ਲਾਗੇ ਖੂਹ ਸੀਗਾ ਉਹਨੂੰ ਘਸੀਟ ਗਲੱਤਾਂ ਤੋਂ ਖੂਹ ਛੱਡਤਾ ਸਰ ਆਰੋਪੀ ਇਹਦਾ ਕੋਈ ਮਿੱਤਰ ਸੀਗਾ ਜਾਂ ਕਿਸ ਤਰ੍ਹਾਂ ਸੀਗਾ ਇਕੱਠੇ ਸ਼ਾਮ ਤੱਕ ਇਕੱਠੇ ਰਹਿੰਦੇ ਗੁਆਂਢ ਆ ਨਾ ਪਿੰਡ ਜਿਹੜਾ ਮਹੱਲਾ ਹੈਗਾ ਆ ਗੁਆਂਢ ਆ ਨਾਲ ਬਿਲਕੁਲ ਖੂਹ 'ਤੇ ਬਾਜੀਗਰ ਬਸਤੀ ਇਹ ਸ਼ਾਮ ਤੱਕ ਇਕੱਠੇ ਖਾਂਦੇ ਪੀਂਦੇ ਜੀ ਬਹਿ ਕੇ ਖੂਹ 'ਤੇ ਤਕਰੀਬਨ ਰੂਟੀਨ 'ਚ ਉਹ ਕਹਿੰਦੇ ਨਸ਼ੇ ਦੇ ਹੱਥ 'ਚ ਇੱਕ ਅਫਸਰ 'ਚ ਤੂੰ ਮੈਂ ਹੋ ਗਈ ਉਹ ਸ਼ਰਾਬੀ ਹੋ ਗਿਆ ਇਹਨੂੰ ਫੜ ਕੇ ਘਸੀਟ ਕਰ ਛੱਡਤਾ ਉਹ ਤੋਂ ਖੂਹ ਛੱਡਦਾ ਅਤੇ ਸਰ ਜਿਹੜਾ ਆਰੋਪੀ ਫੜਿਆ ਇੱਥੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਇੱਥੇ ਪਹਿਲਾਂ ਵੀ ਹੈ ਪਰਚਾ ਥਾਣੇ ਆਦਮਪੁਰ ਪਰਚਾ 302 ਦਾ ਅਤੇ ਸਾਲ 1993 'ਚ ਸਜ਼ਾ ਕੱਟ ਕੇ ਆਇਆ ਸਜ਼ਾ ਹੋਈ ਸੀ ਇਹਨੂੰ ਉਮਰ ਕੈਦ ਦੀ ਅਤੇ ਸਰ ਦੀ ਕੈਦ ਕੱਟ ਕੇ ਆਇਆ ਅਤੇ ਹੁਣ ਇਹ ਤਕਰੀਬਨ 3-4 ਸਾਲ ਤੋਂ ਜਿਹੜਾ ਇਹ ਆ ਲਖਵੀਰ ਸਿੰਘ ਦੇ ਇੱਥੇ ਨੌਕਰ ਬਤੌਰ ਸੀਰੀ ਕੰਮ ਕਰ ਰਿਹਾ ਸੀਗਾ ਅਤੇ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਦੋਸ਼ੀ ਦੀ ਗ੍ਰਿਫਤਾਰੀ ਪਾ ਲਈ ਆ ਇਹਨੂੰ ਪੇਸ਼ਦਾਰ ਕਰਕੇ ਰਿਮਾਂਡ ਹਾਸਲ ਕਰਕੇ ਪੁੱਛੇ ਕੀਤੀ ਜਾਵੇ ਕਾਰਨ ਹੋਰ ਕੋਈ ਕਾਰਨ ਹੈ ਕੋਈ ਹੋਰ ਵਜ੍ਹਾ ਤਾਂ ਨਹੀਂ ਰਿਮਾਂਡ ਦਾ